जी मसाले वगैरह पै गया है ते चंगी तरह हम मिक्स करन लगे हैं। की गल आ की वार्म अप हो रहा है? वार्म अप मैच लग लगा बहुत तगड़ा। सत श्री अकाल जी, वेलकम टू अवर YouTube चैनल जिहदा नाम है अमन जस व्लॉग्स। असी आ गए नवे व्लॉग दे नाल ते अज आपां कर लगे पार्टी। यस, बारबेक्यू पार्टी। बारबेक्यू पार्टी काफी खाई जांदे आ। बारबेक्यू पार्टी करदे पए आ। मैं इधर उधर तां देखदा पिया हीगा, मैं कुत्ते भौंकी जांदे आ ना, पता नहीं कित्थे आ गए। मैं इधर ना कि आए ना सारा व्लॉग जरूर देखियो। व्लॉग अज वड्डा भी करांगे क्योंकि पिछले कमेंट आए गए की अपना छोटा जिहा व्लॉग वड्डे करिया करो। तो आज ही कोशिश करांगे तनु हसाउन दी, तनु नचाउन दी, तनु फुल एंटरटेनमेंट कराउन दी। हां जी, सो व्लॉग दे एंड तक जुड़े रहियो। ते हुण आपां पहला लैण चले आ चिकन वगैरह लवांगे ते मैरिनेट करके रखांगे। बारबेक्यू करना आपां राती, पर फिलहाल शाम जी हुई है क्योंकि मैरिनेट करके रखना पैना सानू 3-4 घंटे, तो मैरिनेट पहला करना पैना है। ते एक गल होर अज दे व्लॉग च एक एंट होगी कि जेड़े साडे हैगे आ ग्रुप मेंबर ਉਹ ਸਾਡੇ ਘਰੇ ਨਾਈਟ ਸਟੇ ਕਰਨਗੇ। ਹਾਂ, ਅੱਜ ਉਹਨਾਂ ਨੇ ਰਾਤੀ ਇੱਥੇ ਰੁਕਣਾ ਆ ਕਿਉਂਕਿ ਆਪਾਂ ਬਾਰਬੀਕਿਊ ਕਰਦੇ ਹੋਏ ਲੇਟ ਹੋ ਜਾਣਾ, ਫਿਰ ਇੱਥੇ ਰੁਕੂਗੇ। ਸੋ ਵਲੌਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ, ਸਬਸਕ੍ਰਾਈਬ ਵੀ। ਹਾਂਜੀ, ਆਪਾਂ ਮਿਲਦੇ ਨੈਕਸਟ ਖਬਰਾਂ 'ਚ। ਆਪਾਂ ਮਹਿੰਕੁਣਾ ਵੱਲ ਆ ਗਏ ਹੀਗੇ ਤੇ ਹੁਣ ਆਪਾਂ ਚੱਲੇ ਆ ਪਹਿਲਾਂ ਚਿਕਨ ਲੈਣ। ਪਹਿਲਾਂ ਨੂੰ ਪਿਕ ਕਰਨਾ ਸੀਗਾ ਪਹਿਲਾਂ ਪਿਕ ਕਰਨਾ ਹੈਗਾ, ਬਟ ਤੁਹਾਨੂੰ ਪਤਾ ਹੀ ਆ ਕਿ ਕੋਈ ਨਾ ਕੋਈ ਚੀਜ਼ ਘਰੇ ਰਹਿ ਜਾਂਦੀ ਆ। ਅਸੀਂ ਰਸਤੇ ਜਾ ਰਹੇ ਹੀਗੇ ਤੇ ਹਮਾਨੀ ਦੀ ਕੋਈ ਦਵਾਈ ਘਰੇ ਰਹਿ ਗਈ ਜਿਹੜੀ ਆਪਾਂ ਇਹਦੀ ਲੈ ਕੇ ਆਉਂਦੇ ਸੀ, ਤੇ ਉਹ ਦਵਾਈ ਆਪਾਂ ਇਦਾਂ ਆ ਕਿ ਹੁਣ ਵਾਪਸ ਲੈਣ ਗਈ ਆ। ਫੇਰ ਆਏ ਘਰ ਤੇ ਉਹ ਪਿੱਛੇ ਬੈਠਾ, ਉਹ ਮੈਂ ਦੇਖੀ ਨਹੀਂ ਕੌਣ ਹੈ। ਹਾਂਜੀ, ਆਵਾਜ਼ ਨਹੀਂ ਨਾ ਆ ਰਹੀ ਇਸ ਕਰਕੇ ਮੈਂ ਦੇਖਦੀ ਵੀ ਕੌਣ ਕਿੱਥੇ ਕੌਣ ਬੈਠਾ ਹੈ। ਤਾਂ ਕਰਕੇ ਚੱਲੇ ਆ ਚਿਕਨ ਚੁਕਨ ਲੈ ਆਈਏ। ਹਾਂਜੀ, ਫਿਰ ਮੈਰੀਨੇਟ ਵੀ ਕਰਨਾ, ਜਿਮ ਵੀ ਜਾਣਾ, ਜਿਮ ਜਾਣਾ, ਹਲੇ ਵੀਡੀਓਜ਼ ਵੀ ਪਾਣੀਆਂ। ਠੀਕ ਹੈ, ਸਾਰੇ ਕੰਮ ਰਹਿੰਦੇ, ਸੁੱਖ ਨਾਲ ਕੰਮ ਬਥੇਰੇ ਹੈਗੇ ਆ। ਵਧੀਆ ਵਾ, ਚਲੋ ਬਿਜ਼ੀ ਨਾਲੇ ਐਡੀ ਟਾਈਮ ਨਿਕਲਦਾ ਰਵੇ। ਸਹੀ ਗੱਲ, ਕੰਮਾਂ ਕਰਨ ਚ ਟਾਈਮ ਨਿਕਲਦਾ ਰਵੇ ਤਾਂ ਜ਼ਿਆਦਾ ਵਧੀਆ ਹੁੰਦਾ। ਸਹੀ ਗੱਲ ਆ। ਤੇ ਹੁਣ ਹਿਮਾਨੀ ਗਈ ਉੱਪਰ ਦਵਾਈ ਲੈਣ, ਫਿਰ ਉਹ ਆਏਗੀ, ਫਿਰ ਆਪਾਂ ਚਿਕਨ ਲੈ ਜਾਵਾਂਗੇ, ਫਿਰ ਘਰ ਜਾਵਾਂਗੇ। ਜਸ ਤੇ ਮੈਂ ਦੋਨੋਂ ਜਣੇ ਚਿਕਨ ਲੈਣ ਚਲੇ ਗਏ ਆ ਤੇ ਅਸੀਂ ਦੋਨੋਂ ਹੁਣ ਗੱਡੀ 'ਚ ਬੈਠੇ ਹੋਏ ਵੇਟ ਕਰ ਰਹੇ ਹਾਂ। ਹਿਮਾਨੀ, ਆਰ ਯੂ ਐਕਸਾਈਟਿਡ? ਯੈਸ, ਅੱਜ ਮਜ਼ਾ ਆਊਗਾ। ਹੁਣ ਪਹਿਲੀ ਵਾਰ ਅਸੀਂ ਇੱਦਾਂ ਰਾਤ ਨੂੰ ਘਰੇ ਬੈਠ ਕੇ ਬਾਰਬੀਕਿਊ ਕਰਨਾ ਹੈ ਨਾ। ਹਿਮਾਨੀ ਦਾ ਬਾਰਬੀਕਿਊ ਫਸਟ ਟਾਈਮ ਹੈ। ਹਿਮਾਨੀ ਦੀਆਂ ਕਾਫੀ ਚੀਜ਼ਾਂ ਫਸਟ ਟਾਈਮ ਹੋਣੀਆਂ ਸਾਡੇ ਨਾਲ, ਹਨਾ, ਮਤਲਬ ਸਾਡੇ ਨਾਲ ਵੀ ਫਸਟ ਟਾਈਮ ਤੇ ਵੈਸੇ ਵੀ ਫਸਟ ਟਾਈਮ। ਹਿਮਾਨੀ, ਆਪ ਕੀ ਕਹਿਣਾ ਚਾਹੋਗੇ? ਫਿਰ ਮੈਂ ਬਸ क्या कहना चाहूंगी, यही कहना चाहूंगी कि काफी चीजें हैं जो मुझे अब देखने को मिल रही हैं फर्स्ट टाइम। आगे आगे और भी देखने को मिलेंगे, है ना? अच्छा लगता है। अच्छा लगता है। अच्छा, आज तो सी साडे घर रहना है, खुशी है कि? ओ हां, आज आप इकट्ठे रहना है। हां हां, खुशी तो बहुत है। ਅੱਜ ਅਸੀਂ ਨਾ ਬੈਠੇ ਬੈਠੇ ਲੇਟ ਹੋ ਜਾਣਾ, ਪਤਾ ਹੀ ਆ 1-2 ਵੱਜਣ ਗਈ ਤੇ ਆਪਾਂ ਫਿਰ ਇਕੱਠੇ ਰਵਾਂਗੇ ਰਾਤੀ, ਸਵੇਰੇ ਛੱਡ ਕੇ ਆਵਾਂਗੇ ਤੁਹਾਨੂੰ। ਠੀਕ ਆ, ਇਹਨਾਂ ਨਹੀਂ ਕਹਿੰਦੇ ਕਿ ਸ਼ਾਮੀ ਛੱਡ ਕੇ ਆਵਾਂਗੇ ਕੱਲ? ਹਾਂ, ਮੈਂ ਤਾਂ ਕਹਿੰਦੀ ਸ਼ਾਮੀ ਛੱਡ ਆਵਾਂਗੇ। ਮੇਰੀ ਗੱਲ ਸੁਣੋ, ਹੁਣ ਤੁਸੀਂ ਆਪੇ ਕਿਹਾ ਵੀ ਤੁਸੀਂ ਕੱਪੜੇ ਵਗੈਰਾ ਨਹੀਂ ਲੈ ਕੇ ਜਾ ਰਹੇ, ਵੀ ਸਵੇਰੇ ਘਰ ਆ ਕੇ ਹੀ ਤੁਸੀਂ ਰੈਡੀ ਹੋਵੋਗੇ, ਹੈ ਨਾ? ਮੈਂ ਉਹ ਸੋਚ ਕੇ ਕਿਹਾ ਨਾ, ਤੁਸੀਂ ਕੱਪੜੇ ਵਗੈਰਾ ਨਹੀਂ ਲੈ ਕੇ ਆਏ ਹੋ। ਕੋਈ ਗੱਲ ਨਹੀਂ, ਫਿਰ ਤੁਸੀਂ ਅੱਧੀ ਰਹਿ ਲਿਓ, ਸ਼ਾਮ ਤੱਕ ਰਹਿ ਲਿਓ, ਤੁਹਾਨੂੰ ਕੋਈ ਸ਼ਾਮ ਛੱਡੋ, ਕੱਲ ਵੀ ਰਹਿ ਲਿਓ ਰਾਤ ਉੱਥੇ। ਹੋਰ ਕੀ, ਵੈਸੇ ਆਪਾਂ ਗੱਲ ਤਾਂ ਕਰੀਏ, ਜਿੱਦਾਂ ਪਤਾ ਨੀ ਕਿੱਡੀ ਕਿੱਡੀ ਦੂਰ ਰਹਿੰਦੇ ਹੁੰਦੇ ਆ ਘਰ ਸਾਡੇ, ਨੇੜੇ ਨੇੜੇ ਉਦਾਂ 5-10 ਮਿੰਟ ਦਾ ਰਸਤਾ ਪੈਂਦਾ ਆ, ਪਰ ਫਿਰ ਵੀ ਕੰਮਾਂ ਕਾਰਾਂ ਕਰਕੇ ਲੇਟ ਹੋ ਜਾਈਦਾ। ਕਦੀ ਅਸੀਂ ਲੇਟ, ਕਦੀ ਇਹ ਲੇਟ, ਬਸ ਇਦਾਂ ਚੱਲਦਾ ਰਹਿੰਦਾ। ਕੰਮ ਦੋਨਾਂ ਨੇ ਬਹੁਤ ਹੁੰਦੇ ਆ, ਇਸ ਕਰਕੇ ਫਿਰ ਲੇਟ ਹੋ ਵੀ ਚਾਹੀਦਾ। ਕਿ ਇਹ ਵੀ ਇਕੱਲੇ ਨੇ, ਅਸੀਂ ਵੀ ਇਕੱਲੇ। ਹਾਂ, ਘਰ ਦੇ ਰੋਟੀ ਵੀ ਬਣਾਉਣੀ ਹੁੰਦੀ ਆ, ਭਾਂਡੇ ਵੀ ਮਾਂਜਣੇ ਹੁੰਦੇ ਆ, ਵਲੌਗ ਵੀ ਐਡਿਟ ਕਰਨੇ ਹੁੰਦੇ ਆ, ਫਿਰ ਇਹਨਾਂ ਦੀਆਂ ਪ੍ਰੋਮੋਸ਼ਨਸ ਹੁੰਦੀਆਂ ਆ, ਸਾਡੇ ਵੀ ਹੋਰ ਕਿੰਨੇ ਸਾਰੇ ਕੰਮ ਹੁੰਦੇ, ਸੋ ਉਹਦੇ ਕਰਕੇ ਲੇਟ 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 ਹੀ ਹੋ ਜਾਂਦਾ। ਪਰ ਅੱਜ ਆਪਾਂ ਸਾਰਾ ਕੁਝ ਭੁੱਲ ਕੇ ਇੰਜੋਏ ਕਰਨਾ ਆ, ਰਾਤ ਨੂੰ ਬਾਰਬੀਕਿਊ ਕਰਦੇ ਹਾਂ। ਬਿਲਕੁਲ, ਚਲੋ ਹੁਣ ਆਪਾਂ ਵੇਟ ਕਰਦੇ ਆ, ਜਦੋਂ ਤੱਕ ਵੇਟ ਕਰਦੇ ਅਸੀਂ ਬੈਠਦੇ ਆ, ਤੁਸੀਂ ਵਲੌਗ ਨੂੰ ਇੰਜੋਏ ਕਰੋ। ਤੁਸੀਂ ਦੋਨੋਂ ਚਿਕਨ ਲੈਣ ਗਏ ਸੀ ਨਾ? ਅਸੀਂ ਹੁਣ ਦੋਨੋਂ ਜਿਹੜੇ ਕੋਲਡ ਡਰਿੰਕ ਵਗੈਰਾ ਲੈ ਕੇ ਆਨੇ ਆ। ਹਾਂ, ਕੋਲਡ ਡਰਿੰਕ ਲੈ ਆਓ, ਬਟਰ ਲੈ ਆਓ। ਹਾਂ, ਉਹ ਲੈ ਆਓ, ਦਹੀਂ ਲੈ ਆਓ, ਕਿਲੋ ਲੈ ਆਓ ਦਹੀਂ। ਠੀਕ ਹੈ, ਬਹੁਤ ਹੈ ਨਾ। ਹਾਂਜੀ, ਤੇ ਜਿੰਜਰ ਗਾਰਲਿਕ ਪੇਸਟ, ਤੇ ਹੋ
ਹੋਰ ਤਾਂ ਨਹੀਂ ਕੁਝ ਚਾਹੀਦਾ ਹੋਰ ਮੌਕੇ ਤੇ ਵੇਖ ਲਾਂਗੇ ਨਿੰਬੂ ਵਗੈਰਾ ਨਿੰਬੂ 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 ਚਾਹੀਦਾ 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 ਨਿੰਬੂ ਚਾਹੀਦਾ ਹਾਂ ਹਾਂ ਹੈ ਨਾ ਥੋੜੇ ਜਿਹੇ ਨਿੰਬੂ ਲਿਆਣੇ ਜੇ ਇੱਥੇ ਸਹੀ ਹੋ ਗਿਆ ਇੱਥੇ ਨਹੀਂ ਤਾਂ ਫਿਰ ਬਾਹਰੋਂ ਸਬਜ਼ੀ ਵਾਲੇ ਤੋਂ ਲੈ ਲਾਂਗੇ ਠੀਕ ਹੈ ਠੀਕ ਹੈ ਅੱਜ ਫੇ ਘੈਂਟ ਤਿਆਰੀਆਂ ਹੋ ਰਹੀਆਂ ਹੈ ਨਾ ਘੈਂਟ ਤਿਆਰੀਆਂ ਹੋ ਰਹੀਆਂ ਪੂਰੀਆਂ ਹੈ ਮੈਨੂੰ ਮੈਗੀ ਮਸਾਲਾ ਦੇ ਕੀ ਲੈ ਲਿਆ ਮੈਗੀ ਮਸਾਲਾ ਉਹ ਮੈਗੀ ਮਸਾਲਾ ਘਰੇ ਪਿਆ ਹਾਂ ਪਿਆ ਪਾਸਤਾ ਮਸਾਲਾ ਪਿਆ ਕਿ ਮੈਗੀ ਮਸਾਲਾ ਪਿਆ ਮੈਗੀ ਮਸਾਲਾ ਹੈ ਕੋਤੇ ਕੋਣਾ ਬਾਦੀ ਵਿੱਚ ਨਹੀਂ ਨਹੀਂ ਮੈਰੀਨੇਸ਼ਨ ਮੈਰੀਨੇਟ ਮੈਰੀਨੇਟ ਕਰਨਾ ਨਾ ਉਦੋਂ ਵਧੀਆ ਹੁੰਦਾ ਓਕੇ ਉਹ ਤਾਂ ਫਿਰ ਮੈਨਾਂ ਦਾ ਆਪਣੇ ਕੋਲ ਦੂਜੇ ਮਸਾਲੇ ਪਏ ਆ ਲੈ ਆਉਂਗੀ ਮੈਂ ਚਲੋ ਠੀਕ ਹੈ ਹੋਰ ਕੁਝ ਬਸ ਹੋਰ ਬਾਕੀ ਲੈ ਲੈ ਹੀ ਹੈ ਨਾ ਬਾਕੀ ਲੈ ਲੈ चलो ठीक है फिर आ गए असी अपा घर आ गए तो सारा जो जो जरूरी समान सी वो ले आंदा या ते बेचारा चिकन वाला लिफाफा ही सांभ ही जांदा है फट गया ओहो फट गया ना जगाड़ लाऊंगा हुण इहनूं की जगाड़ लाऊंगे ए चलो लग गया जगाड़ ते कोल्ड ड्रिंक वगैरह भी ले आंदी है अपा पर हले डिग्गी च समान कढ़ना है चक्कर लाना पैणा इक होर क्यों जिंदर गार्लिक पेस्ट ही बहुत ज्यादा भारा है बाकी समान तुसी चक लो ओहो बहुत भारा है बहुत भारी है मेरी गल सुनो समान तो चक्की जाना घर की चाबी चुबी चक्की है ओहो चक लिया है ए हिमानी ने पीनी है ए हिमानी ने स्पेशल ली है ले हिमानी करे ग्लूकोज पे ऑरेंज वाला नहीं दस इन्होंने जरा ग्लूकोज ते फेंटा दे विच फर्क नहीं है दसो नहीं ना वो दे आ बोल ऑरेंज जीभ ऑरेंज हुंदी है पुत जीव हुंदी है ऑरेंज आहो हिमानी तेनू मतलब उन्होंने कोल्ड ड्रिंक का कहता तू कोई जवाब नहीं दिता कुछ नहीं कहना जवाब आया ही नहीं आया नहीं जवाब चलो देखने चलो फिर मैरिनेशन होने लगी स्टार्ट और क्या क्या इंग्रेडिएंट्स डालने लगे हो आप चिकन ज्यादा ही नहीं ज्यादा इधर तक कर लिया इधर मैं पा लिया धनिया पाउडर दोनों से पा लिया मैं क्या क्या खिलोगी क्यों बोला इतना चेक करने ली नहीं मैं उधर आने से मैं बिजली नहीं थी ना नहीं नहीं ऐ मसाले पा उधर उन्होंने लिफाफा बनाया ना हाथ से क्योंकि ग्लव्स हो गया खत्म सो इस करके नेल से जाऊंगा फिर दिक्कत होती ता करके लिफाफा बन लिया क्योंकि पीस पतले है ना वैसे भी नवा पैकेट है जाऊगा क्योंकि पीस थोड़े पतले है ना डोंट वरी बाल्टी च नहीं करना पैना करके फिर दो करना पै रहा मैरीनेट लो जी मसाले वगैरा पै गए चंगी तरह
ਮਿਕਸ ਕਰਨ ਲੱਗੇ ਕਿ ਮਾਹੀ ਖੜ ਗਈ ਲੱਗੇ ਮਨ ਕੇ ਸਾਰਾ ਵੇਖ ਕੇ ਨਾ ਮਨ ਕਹਿੰਦੀ ਨੈਕਸਟ ਟਾਈਮ ਮੈਂ ਬਣਾਣਾ ਹੈ ਮੈਰੀਨੇਸ਼ਨ ਪ੍ਰੋਪਰ ਵੈਸੇ ਮੈਰੀਨੇਸ਼ਨ ਤੇ ਡਿਪੈਂਡ ਕਰਦਾ ਮੈਂ ਯੈਸ ਕੀ ਕਹਿਣ ਲੱਗੇ ਜੀ ਕੱਟੇ ਬੱਲੇ ਕੱਟੇ ਬੱਲੇ ਐਸੇ ਮੈਂ ਫਸਟ ਟਾਈਮ ਵਿੱਚ ਚੀਜ਼ ਕਿ ਬਣਾਉਂਦੀ ਫਸਟ ਟਾਈਮ बैडमिंटन खेल के फिर जावांगे दोवें जाने जिम तो हुण आपां चलिए खेले चलो चलिए ये आप शुरू करता रेगुलर खेड करना ठीक है चलिए मन की नींद भी पूरी हो गई मैंने रोटी बिस्कुट भी खा लिया चलो चलिए सो गई सी हाँ चलो चलिए चलिए चलो चलो फिर चाबी खड़ो कर दी अच्छा, नहीं खाले सड़ जाने इधर तो मैच शुरू भी हो गया या किन्ने किन्ने का मैच लाया तुसी दोनों ने हाले फ्री हो फिर भी किन्ने किन्ने का मैच लाओगे बाहर गड्डियां बहुत खड़िया हो गई सो देखते इथे खेडांगे कि थोड़ा जा अगे जाके खेडदे की गल आ की वार्म अप हो रहा है ठीक है जी लो जी जस जित चुके ते yes! मेरे भरा ने भी बहुत मेहनत की हना नेक्स्ट मैच हुन मैं जितूगा हां ते मैं जित गया कोई ना थैंक यू हां कांग्रेचुलेशन थैंक यू तुहाडा ते हिमानी दा लगेगा हां मेरे ते हिमानी दा मैच लगूगा साडा 9-9 ते बिल्कुल ऐ गेम बड़ी करारी गेम लगी ते करारी मिर्च वाली करारी काली मिर्च भाई ओ काली मिर्च काली मिर्च पाई सी हुण इधर मैच शुरू हो गया देखो वाह वाह ए आ सकदी ही मानी अगे नहीं जी 2-0 आ सकदी ही ना रफी दा स्पीड ना अगर मानी हैं स्पीड ना इतनी खड़ी रहनी है अच्छा मेरी गल सुनो रुक जा गल सुनो मगर जाओ आ जा के ओने नहीं जोर दी मार वेखो की करी जाते हैं पूरे रेफरी साहब हैं टीम बना रहे ओह ओह माय गॉड चलो रेडी स्टार्ट 2-0 3-2-1 चले मानी लो मैं चल काई 2-0 है ना 2-0 और मैं स्टार्टिंग तो करो साडी पोजीशन चेंज करती हां ना 2-0 रह गया मैं चल काई करी किन्नू दस तू उठे रहन हो मैं की करा इधर मेरी भैन है उधर मेरी घर वाली है कितने जावा मैं की हो गया की हो गया कोई गल नहीं ए क्यों गया मैं जित्ती तू जित्ती को गल हां बंडा कुछ और की आप दोनों इकट्ठे जितते हैं चलो दोवे हाथ ऊपर करो फिर एक तू जरा एक दो चलो जी दोवे जीत गए मैंने जीत गया पुदीना सी तोड़ लेंदा है ते असी बाजारों नहीं लेंदा है घर दा पुदीना है फ्रेश पुदीना है जेड़ा असी घरे लाया घरे असी लाया होया ते बहुत बढ़िया खुशबू जी जादी है ना बाहर नालों ते वधिया रहिंदा घर च इदां ही बंदे लाउणे चाहिए धनिया ला ले मिर्चां ला ले वधिया घर पत्ते वड्डे आ और खुशबू बहुत ज्यादा घेंट आ रही तुसीं ते मैनूं लगदा लै नहीं सकदे ते ब्लॉग वेख ते पए आ बट हैं जे लै सकदे ते लै लो ते इधर साडा प्याज भी कट हो रिहा ए चटनी च पाणा नहीं ए आपां कॉल्सलो बनाउणा है ओके 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 ए आपां ओ बनाउणा है ना कॉल्सलो प्याज का सैलड बनाना मेरी वाइफ को ज्यादा पता आई डोंट नो जिथे मर जाना कोई चक नहीं मैनू सही कर देने ते मैंको नहीं जी वेले ने हुण की करना ते खड़ के ओ लो मैं लवे पहले इतना वाटा काम ध्यान करियो ठीक है भाई ध्यान जाओ जाओ बाय बाय
ਤੇ ਹੁਣ ਬਸ ਆਪਣਾ ਥੋੜੀ ਪ੍ਰੈਪਰੇਸ਼ਨ ਰਹਿ ਗਈ ਹੈ। ਹਾਂ ਮੈਂ ਗੁੱਸੇ ਆ ਤੁਹਾਡੇ ਦੋਨਾਂ ਦੇ ਨਾਲ, ਕਿਨਾਂ ਨਾਲ ਵੀ ਤੇ ਘਰ ਵਾਲੇ ਨਾਲ ਵੀ। ਕਾ ਤੂੰ ਤੁਹਾਨੂੰ ਪਤਾ ਹੈ ਆ ਮੈਨੂੰ ਨਾਲ ਕੁਲਚਾ ਅੱਛਾ ਲੱਗਦਾ, ਤੁਸੀਂ ਕਿਉਂ ਨਹੀਂ ਲੈ ਗਏ? ਮੈਂ ਵੀ ਫਸਟ ਟਾਈਮ, ਮੈਂ ਨਹੀਂ ਗੱਲ ਕਰਨੀ ਤੁਹਾਡੇ ਨਾਲ। ਜੇ ਤੂੰ ਦੱਸਿਆ ਹੀ ਨਹੀਂ ਕਿਉਂ ਤੁਹਾਨੂੰ ਨਹੀਂ ਪਤਾ ਹੈਗਾ ਬਾਕੀ ਚੀਜ਼ਾਂ ਮੈਂ ਲੈ ਗਿਆ। ਕੀ ਗੱਲ ਕਰਨੀ? ਹਾਂ ਦੱਸ ਗਏ ਜੇ ਖਾਣਾ ਨਾ ਅੱਜ ਨਾ ਚੱਲ ਲੈ ਕੇ ਹੀ ਚੱਲ। चलो कोई ना, वेख लांगे हां लोड पई ते वेख लांगे, वेख लांगे हिसाब किताब, कोई चक्कर नहीं खा लांगे। चलिए हां जी चलो चलिए। चंगा जी चलने आपा घर, ते आपा आ गए हैं कोठे ते, ते समान समून आपा सारा ले आंदा। हां जी चंगा देखो किद्दा पया अपना चक्को उचारा केंदा होना वे लम्मे पया ओ मुंह खोलया ता हवा लग लेंदे ओनु आ दा सिर ते। हां ते बाकी आपा कोले भी लेन ते चिकन आ गया, मक्खन आ गया, ए दोनों भी आ गए ने। हां जी तुसीं भालू बणे हो? ਬੜੀ ਜੱਦੋਜਹਿਦ ਤੋਂ ਬਾਅਦ ਫਾਈਨਲੀ ਥੋੜੀ ਥੋੜੀ ਅੱਗ ਬਲਦੀ ਪਈ ਆ ਹਨਾ, ਤੇ ਦੇਖੋ ਹੋਰ ਕਿੰਨਾ ਕੁ ਟਾਈਮ ਲਾਉਂਗੇ, ਭੁੱਖ ਬੜੀ ਲੱਗੀ ਆ। ਓਹੋ ਵੀਰੇ ਕਿਉਂ ਰੋ ਪਿਆ ਤੂੰ? ਅੱਛਾ ਅੱਛਾ ਮੈਂ ਕਿਹਾ ਸ਼ਾਇਦ ਕੋਈ ਹਿਮਾਨੀ ਨੇ ਤਾਂ ਨੀ ਕੁਛ ਕਿਹਾ? ਹਿਮਾਨੀ ਖਾਂਸੀ ਕਰਨੀ ਲਾਤੀ ਤੁਸੀਂ ਤਾਂ, ਤੂੰ ਆ ਗਿਆ। ਵੈਸੇ ਹੁਣ ਚਿੰਗਿਆੜੀਆਂ ਉੱਠਣ ਲੱਗ ਗਈਆਂ ਨੇ, ਇਟ ਮੀਨਸ ਕੋਲੇ ਭਖਣ ਲੱਗ ਗਏ ਨੇ। ਚਿੰਗਿਆੜੀਆਂ ਫਿਰ ਉੱਠਦੀਆਂ ਨੇ? ਹਾਂ ਕੋਲੇ ਭਖਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਉਦੋਂ ਹੁੰਦੀਆਂ। ਇਹ ਵਿਚਾਰੇ ਦੋਨੇ ਜਾਣੇ ਲੱਗੇ, ਅਸੀਂ ਤਾਂ ਆਰਾਮ ਨਾਲ, ਹੁਣ ਠੰਡਾ ਠੰਡਾ ਮੌਸਮ ਹੈ, ਕੰਬਲ ਲੈ ਕੇ ਬੈਠ ਗਏ ਦੋਨੇ ਜਾਣੇ, ਤੇ ਇਹ ਦੋਨੇ ਕੀ ਹੋ ਰਿਹਾ ਆ? ਇਹ ਦੋਨੇ ਜਾਣੇ ਜਦੋਂ ਜਾਇਤ ਲੱਗੇ ਹੋਏ ਕਰਨ। ਗੁੱਡ ਗੁੱਡ ਮੇਰੀ ਇੱਕ ਛੱਲੀ ਹਿਮਾਨੀ ਤੂੰ ਵੀ ਛੱਲੀ ਖਾਣੀ ਹੈ ਕਹਿੰਦੀ? ਹਾਂਜੀ ਖਾਣੀ ਹੈ, ਜਲਦੀ ਕਰੋ ਵੀ ਜਲਦੀ। ਮੈਰੀਨੇਟ ਵੀ ਅਸੀਂ ਇਕੱਠਿਆਂ ਨੇ ਕੀਤਾ ਆ, ਚਟਨੀਆਂ ਬਣਾ ਕੇ ਲੈ ਗਏ ਆ, ਉਹ ਅਸੀਂ ਇਕੱਠੇ ਬਣਾ ਕੇ ਲੈ ਗਏ ਆ, ਸਾਡੀ ਵੀ ਮਿਹਨਤ ਆ। ਝਾੜੂ ਕੌਣ ਮਾਰੂਗਾ? ਤੁਹਾਡੇ ਦੋਨਾਂ ਚੋਂ ਮਾਰਨਾ ਕਿਸੇ ਨੇ, ਇੱਕ ਨੇ, ਦੱਸੋ ਕੌਣ ਮਾਰੂਗਾ ਝਾੜੂ? ਦੱਸੋ ਦੇਖ ਲੋ, ਕਹਿੰਦਾ ਮੈਨੂੰ ਨੀ ਸੁਣਦਾ ਨਾ ਮੈਂ ਬੋਲਦਾ। ਹੈ ਜਸ ਮੱਲੀ ਜੀ ਤੇਰਾ ਭਲਾ ਹੋ ਜਾਓ। ਅੱਛਾ ਅੱਛਾ ਝਾੜੂ ਦੇ ਨਾਲ ਤੇ ਦੇਖ ਸੁਣਦਾ ਨੀ ਪਿਆ, ਕਾਹਦੀ ਡੀਲ ਡਨ? ਲੈ ਦੱਸ, ਨਹੀਂ ਚਲੋ ਇਹ ਮਿਹਨਤ ਵਾਲਾ ਕੰਮ ਹੈ, ਧਿਆਨ ਨਾਲ ਧਿਆਨ ਨਾਲ
ਸਵੇਰੇ ਨਾਲ ਰੋਟੀਆਂ ਨਹੀਂ ਖਾਣੀਆਂ ਮੈਨੂੰ ਲੱਗਦਾ ਨਹੀਂ ਖਾਣੀਆਂ ਹਾਂ ਤਾਂ ਹੀ ਕਹਿੰਦੇ ਤੁਸੀਂ ਮਿਹਨਤ ਕਰੋ ਹਾਂ ਚਲੋ ਕੋਈ ਨਹੀਂ ਲੱਗੇ ਰਹੋ ਜਲਦੀ ਜਲਦੀ ਕਰੋ ਬਈ ਭੁੱਖ ਬੜੀ ਲੱਗੀ ਆ चिकन कुक हो चुका है वेल डन हबी एंड वेल डन ब्रो थैंक यू थैंक यू दोनों ने बहुत बढ़िया काम किया पहला तुम देने चेक करो किधर बन बने वाओ आज जैसी है क्या हां आज अपन टेस्ट करना है ना हा 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 गुड गुड जी हुन टेस्ट करके दसो किधर ने बनया किधर नहीं बन चुका है चिकन प्रॉपर चटनी बनाई है प्याज ते ग्रीन चटनी मिंट सॉस चलो हुण आपां भी खाईए ते इधर साडे पीस लगे हुए आ ते हां जी मैं कहां टेस्ट करी मिंटो मिंट फिर ना हां ते देखिए अभी भी भोग लई चलो आपां भी खाईए करो एंजॉय इधर आओ हां जी वाह यकीन है आपां तू भी आ जा हां जी तू भी आ जा वाह आहा चटनी लई ले ਜਾ ਸੀਰੀਅਸਲੀ ਹੁਣ ਡਾਕਟਰ ਨੇ ਇਹ ਬਣਾ ਕੇ ਤਾਂ ਪਿਆਜ਼ ਦਿੱਤਾ ਉਹ ਪਾ ਲੈ ਹੂੰ ਬੜਾ ਵੰਬ ਬਣਿਆ ਐਂਡ ਲੈ ਕਿਆ ਕਹਿ ਨਾ ਤੈਨੂੰ ਮੈਂ ਕਹਿਣ ਨਾ ਹੋ ਗਿਆ ਚਟਨੀ ਤੇ ਬਹੁਤ ਸਵਾਦ ਆ ਮੈਨੂੰ ਤਾਂ ਪਸੰਦ ਬੜੀ ਆ ਮੇਰੀ ਫੇਵਰਟ ਚਟਨੀ ਆ ਚਟਨੀ ਪਰ ਮੈਂ ਇਹਦੇ ਚ ਕੁਝ ਅਲੱਗ ਕੀਤਾ ਕੀ ਕੀਤਾ ਤੈਨੂੰ ਕੁਝ ਪਤਾ ਨਹੀਂ ਨਾ ਲੱਗਿਆ ਮੈਂ ਰਹਿਣ ਦੇ ਫਿਰ ਮੈਂ ਦੱਸਾਂ ਇਹ ਚ ਪਾਇਆ ਪਿਆਜ਼ बटर दा नमक आया हिमानी नु किदा दा लगया सी कुलचा वधिया लगया सी कैंट कैंट आपको कैसा लगा था पतिदेव मैंने तो पहले भी ट्राई किया बहुत अच्छा, अच्छा लगता है ना हाँ। चलो करो एंजॉय फिर आप लोग टाइम हो गया है 2:15 ते आपा हुणे फ्री होए हैं बारबेक्यू करके ते इधर मैं कुणी जी लेट गए अज इधर ही सोणगे इन्हां नाल पर जान नहीं देना हां जी हुणे कहंदे का छड़ के आई है किन्ने गया तुसी हैं क्या चलो अही कह भी दिता तुहाडा हक नहीं है फिर रहण दा इधर बर्तन साफ हो रहे ने चिकन अपना बच गया चिकन अपना काफी सारा बच गया चिकन हां जी ਇਹ ਤੁਹਾਨੂੰ ਸਿਰੇ ਪੈਕ ਕਰਕੇ ਦੇਣਾ ਰੋਟੀ ਨਾਲ ਖਾ ਲਿਓ ਠੀਕ ਹੈ ਇਹਨਾਂ ਨੂੰ ਪੈਕ ਕਰਕੇ ਦੇ ਰਹੇ ਜਿਹੜਾ ਚਿਕਨ ਬਚਿਆ ਹੈ ਰੋਟੀ ਨਾਲ ਖਾ ਲੈਣਗੇ ਸਹੀ ਗੱਲ ਹਾਂਜੀ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਡੱਬੇ ਵਿੱਚ ਪੈਕ ਕਰਕੇ ਦੇ ਦਾਂਗੇ ਤੇ ਤੁਸੀਂ ਜਾ ਕੇ ਘਰ ਜਾ ਕੇ ਖਾ ਲਿਓ ਹਾਂਜੀ नहीं यार मोती चोर तो वधिया मेनू लगदा चिकन इन्ना दे कन्ना तो बन गया
ਵੀਰ ਹੈਲੋ ਮੋਤੀ ਚੂਰ ਸਾਰੀ ਠੀਕ ਹੈ ਠੀਕ ਹੈ ਕਰਨਾ ਚ ਮੜ ਗਿਆ ਨਹੀਂ ਬਿਜਲੀ ਵਾਲੇ ਸਟੇਪ ਲਾਵਾਂਗੇ ਠੀਕ ਹੈ ਹਾਂ ਚਲੋ ਇਹਨਾਂ ਦੀ ਫਰਿੱਜ ਖਰਾਬ ਹੋ ਗਈ ਆ चलो यार आप कर लगे व्लॉग तो इत ही अज खत्म तो तुम मिलेंगे आप नैक्सट व्लॉग च नहीं क्यों बाय मैं भी आऊंगा बिच बंद करे टूटी यार आवाज नहीं आ रही आप मिलेंगे नैक्सट व्लॉग से ज्यादा व्लॉग वधिया लगे लाइक शेयर कमेंट जरूर करो और चैनल सब्सक्राइब जरूर कर दो सो उदों तक लिए बाय बाय एंड टेक केयर तो इन्ना बोलो नी टेक केयर ओके